जिथे एक पासे पंजाब च सत्ता च आउण दे ही आम आदमी पार्टी दे मुख्यमंत्री भगवंत सिंह मान वल्लों ऐलान किया गया सी कि लोड़वंद अते सस्ता अनाज कार्ड होल्डरां दे घर घर पूरा सरकारी अनाज भेजा जाएगा अते सरकार इस स्कीम नूं पूरा करन दा दावा भी कर रही है। लेकिन लगातार अजिहे वख-वख मामले सामने आ रहे हैं जिथे पंजाब दे लोकां वल्लों आरोप लगाया जा रहा है कि उन्हां नूं हक दा मिलन वाला अनाज जो कनक आ रही है वह ना तो पूरी मिल रही है अते क्वालिटी पक्षों भी वह पूरी तरीके दे नाल सही नहीं है। अजिहा एक मामला सामने आया हलका डेरा बाबा नानक दे पिंड हवेलियां कला दा जिथे की सस्ता आटा दाल स्कीम तहत वंडी जा रही कनक च डिपू होल्डर हेरा फेरी कर रहे हैं। पिंड वासियां वल्लों लगाए जा रहे आरोपां दे विच उन्हां ने कहा है कि पिंड दे डिपू होल्डर लखबीर सिंह वल्लों सस्ती आटा दाल स्कीम तहत मिलन वाली कनक दियां कटियां जा रहियां पर्चियां विच वड्डे पद्धर ते हेरा फेरी कीती जा रही है। उन्हां ने कहा कि डिपू होल्डरां वल्लों कंप्यूटराइज पर्चियां देने की बजाय हाथ नाल लिखन वाली पर्चियां दित्तियां जा रही हैं। उन्होंने कहा कि जेकर किसी घर के 8 मेंबर हैं तो उन्होंने हाथ लिखित पर्ची ते 5 मेंबरों का राशन दिता जा रहा है। उन्होंने कहा कि संबंधी उन्हां वल्लों फूड सप्लाई विभाग नूं लिखती तौर ते शिकायत भी दित्ती हुई है। इस मौके समूह पिंड वासियां ने फूड सप्लाई विभाग के उच्च अधिकारियों तो मंग की है कि सानू इंसाफ दिलाया जाए। इस संबंधी जो डिपू होल्डर लखबीर सिंह नाल गलबात की गई तो उन्होंने अपने आप नू इस पूरे मामले तो अलग करके कहा कि उन्होंने उत्ते जेडे भी दोष लगे ने वो बेबुनियाद ने। उन्होंने कहा कि क्योंकि कंप्यूटराइज्ड पर्चियां इस करके नहीं दी जा रही क्योंकि मशीन खराब है, इस करके हाथ नाल ही उन्होंने पर्चियां कटनियां पै रही हैं। सर कणक घपले का मामला, सर मेरे चार जी पिछले महीने पर्ची कटी गई है जो कि मेरे डिटेल मैं कढ़ाई डेरे जाके मेरे जी आठा विखाउंदे सर ते अगे ये मेरे ना नहीं होया साडे पिंड दे विच होरनां दे नाल भी होया इदां। आ वेखो सर एक हो रहा परची, आ वेखो एक आ साडा चाचा पप्पू आ ते उहदे आ वेखो जी आउंदे एक दो तीन चार पाँच छे सत्त जी आउंदे जी। आ वेखो ते सर पंजां दी परची कट्टी गई आ वेखो कैमरे लागे करके ਮੈਂ ਨਹੀਂ ਆ ਸਾਡੇ ਪਿੰਡ ਵਿੱਚ ਹੋਰਨਾਂ ਦੇ ਨਾਲ ਵੀ ਘਪਲਾ ਹੋਇਆ। ਘਪਲੇ ਭਾਜੀ ਲਖਬੀਰ ਸਿੰਘ ਜਿਹੜਾ ਹੈ ਕਿ ਮਤਲਬ ਕਿ ਡਿਪੂ ਹੋਲਡ ਨੇ ਉਹ ਕਰ ਰਹੇ ਨੇ ਸਰ। ਜੇ ਆਪਾਂ ਉਹਨਾਂ ਨੇ ਕਿਹਾ ਤੇ ਯਾਨੀ ਕਿ ਸਾਡੇ ਗੱਲ ਪੈਣ ਤੱਕ ਗਏ ਆ। ਹਾਂਜੀ ਸਰ ਇਹਨਾਂ ਦੇ ਅਫਸਰ ਆਏ ਸੀ ਸਰ, ਇਹ ਜੀਓ ਜਿਹੜਾ ਕਿ ਸੁਖਦੇਵ ਸਿੰਘ ਆ ਉਹ ਆਇਆ ਮੇਰੇ ਕੋਲ ਕਹਿੰਦਾ ਵੀ ਮੈਂ ਤੇਰਾ ਹੱਲ ਕਰ ਦਿੰਦਾ। ਮੈਂ ਕਿਹਾ ਮੇਰਾ ਹੱਲ ਨਹੀਂ ਚਾਹੀਦਾ, ਮੈਨੂੰ ਸਾਰੇ ਪਿੰਡ ਦਾ ਹੱਲ ਚਾਹੀਦਾ। ਮੈਂ ਸਾਰੇ ਪਿੰਡ ਵਾਸਤੇ ਤੁਰਿਆ, ਮੈਂ ਕਿਹਾ ਮੈਨੂੰ ਸਾਰੇ ਪਿੰਡ ਦਾ ਹੱਲ ਚਾਹੀਦਾ, ਮੇਰਾ ਹੱਲ ਨਹੀਂ ਗਾ ਚਾਹੀਦਾ। ਯਾਨੀ ਕਿ ਮੈਨੂੰ ਫੋਨ ਵੀ ਆਏ ਆ, ਮੇਰੇ ਕੋਲ ਰਿਕਾਰਡਿੰਗ ਵੀ ਬਕਾਇਦਾ ਹੈਗੀ ਵੀ ਤੇਰੇ 'ਤੇ ਪਰਚਾ ਕਰ ਦੇਣਾ ਨਾ। ਸਰ ਅਸੀਂ ਸਿਰਫ ਫੇਸਬੁੱਕ 'ਤੇ ਵੀਡੀਓ ਪਾਈਏ ਸਰ, ਕਿਉਂਕਿ ਸਾਡੀ ਕੋਈ ਸੁਣੀ ਨਹੀਂ ਗਈ ਸਰ। ਅਸੀਂ ਸਰਪੰਚ ਕੋਲ ਵੀ ਗਏ ਹਾਂ ਵੀ ਮਤਲਬ ਕਿ ਸਾਨੂੰ ਉੱਤੋਂ ਅਫਸਰਾਂ ਨੇ ਕਿਹਾ ਵੀ ਮੋਹਰ ਲਵਾ ਕੇ ਲਿਓ, ਸਾਨੂੰ ਸਰਪੰਚ ਨੇ ਵੀ ਮੋਹਰ ਨਹੀਂ ਲਾ ਕੇ ਦਿੱਤੀ ਸਰ। ਪਹਿਲਾਂ ਕਹਿੰਦਾ ਵੀ ਮੈਂਬਰ ਦੀ ਲਵਾਓ, ਫਿਰ ਮੈਂ ਮੋਹਰ ਲਾਉਣੀ, ਨਹੀਂ ਤਾਂ ਮੈਂ ਨਹੀਂ ਲਾਉਣੀ। ਸਰ ਇਹ ਫੋਨ ਕੀਤਾ ਅਫਸਰ ਉੱਤੇ ਗੁਰਦਾਸਪੁਰ ਕੀਤਾ ਨਾ ਸਰ, ਸਾਨੂੰ ਇਨਸਾਫ ਚਾਹੀਦਾ ਸਰ, ਸਾਨੂੰ ਨਹੀਂ ਸਾਰੇ ਪਿੰਡ ਨੂੰ ਚਾਹੀਦਾ ਸਰ। ਜਿਹਦੀ ਘੱਟ ਆ ਉਹਨੂੰ ਪੂਰੀ ਮਿਲੇ ਕਣਕ। ਤੇ ਸਰ ਜਿਹੜੇ ਆਹ ਜਿਹੜੇ ਜਦੋਂ ਕਾਂਗਰਸ ਦੀ ਸਰਕਾਰ ਬਦਲੀ ਹੈ ਨਾ, ਆਹ ਪਿਛਲੇ ਕੋਟੇ 'ਚ ਹੋਇਆ, ਬਾਕੀ ਜਿਹੜੇ ਪਹਿਲੇ ਜਿਹੜੇ ਕੋਟੇ ਉਹਨਾਂ ਦੇ ਵਿੱਚ ਵੀ ਹੁੰਦੀ ਰਹੀ ਹੈ ਕਿਤੇ ਨਾ ਕਿਤੇ। ਸਰ ਮੈਂ ਲਖਬੀਰ ਸਿੰਘ ਪਿੰਡ ਹਵੇਲੀ ਕਲਾਂ ਦਾ ਡਿਪੂ ਹੋਲਡਰ ਹਾਂ। ਮੈਂ ਕਾਫੀ ਲੰਬੇ ਸਮੇਂ ਤੋਂ ਡਿਪੂ ਕਰਦਾ ਆ ਰਿਹਾ। ਇਹ ਜਿੰਨੇ ਵੀ ਇਹਨਾਂ ਨੇ ਇਲਜ਼ਾਮ ਲਾਏ ਆ ਬਿਲਕੁਲ ਬੇਮਨਿਆਦ ਆ, ਇਹਨਾਂ ਦੀ ਕੋਈ ਮਨਿਆਦ ਨਹੀਂ ਹੈਗੀ। ਮਸ਼ੀਨ ਖਰਾਬ ਹੋਣ ਕਾਰਨ 2-4 ਪਰਚੀਆਂ ਜ਼ਰੂਰ ਕੱਟੀਆਂ ਨੇ, ਹੋਰ ਕੋਈ ਮਤਲਬ ਇਸ ਚੀਜ਼ਾਂ ਦੀ ਕੋਈ ਸ਼ਿਕਾਇਤ ਨਹੀਂ ਹੈਗੀ। ਇਸ ਚੀਜ਼ ਦੀ ਤੁਸੀਂ ਇਨਕੁਆਇਰੀ ਮੇਰੇ ਪਿੰਡ ਤੋਂ ਖੁਦ ਆਣ ਕੇ ਕਰ ਸਕਦੇ ਹੋ। ਸਰ ਜਿਹੜੇ ਉਹਨਾਂ ਡਿਟੇਲ ਕਢਾਈ ਆ ਉਹ ਕਹਿ ਰਹੇ ਪਰਚੀ ਲਾਈ ਉਹ ਕੀ ਤੁਸੀਂ ਕੱਟੀ ਕਿ ਉਹਨਾਂ ਕੋਲ? ਨਹੀਂ ਸਰ, ਉਹਨਾਂ ਦੇ ਆਪਣੇ ਹੱਥ ਦੀ ਪਰਚੀ ਹੋ ਸਕਦੀ ਹੈ। ਮੈਂ ਉਹਨਾਂ ਦੇ ਹੱਥ ਉਹਨਾਂ ਦੀ ਪਰਚੀ ਹੀ ਉਸ ਇਨਸਾਨ ਦੀ ਨਹੀਂ ਕੱਟੀ ਅਜ ਤੱਕ ਸਰ ਮਸ਼ੀਨ 'ਚ, ਆਪਣੀ ਡਿਟੇਲ ਕਢਾ ਲੈਣਾ ਜੀ ਉਹਨਾਂ ਦੀ ਪਰਚੀ ਕੱਟੀ ਹੋਏ। ਕੀ ਸਰ ਤੁਹਾਡੇ ਵੱਲੋਂ ਬਿਲਕੁਲ ਸਹੀ ਦਿੱਤੇ ਜਾ ਰਿਹਾ ਅਨਾਜ? ਬਿਲਕੁਲ ਸਹੀ ਅਨਾਜ ਦਿੱਤਾ ਜਾ ਰਿਹਾ। ਮੇਰੇ ਪਿੰਡ ਤੋਂ ਇਨਕੁਆਇਰੀ ਹੋ ਕਰਨੀ ਚਾਹੀਦੀ ਹੈ, ਉਹ ਕਰ ਸਕਦੇ ਤੁਸੀਂ ਸਰ? ਮਾਮਲਾ ਇਹੋ ਕਣਕ ਦਾ ਮੁੱਦਾ ਵਾ, ਕਿਉਂਕਿ ਇਹ ਜਦੋਂ ਦਾ ਡਿਪੂ ਇਹ ਗੱਲ ਇਸ ਤਰ੍ਹਾਂ ਹੀ ਕਬਲੇ ਮਾਰਦਾ ਆਇਆ ਹੈ। ਜਿਹੜਾ ਡਿਪੂ ਹੋਲਡਰ ਕੀ ਨਾਮ? ਉਹ ਆਉਣ ਦੀ ਗੱਲ ਪਿਛਲੀ ਵਾਰ ਇਹਨੇ ਜਦੋਂ ਮੋਦੀ ਦੀ ਕਣਕ ਆਈ ਆ ਇਹ ਚੋਂ ਜੀਆਂ ਦੇ ਨਾਂ ਕੱਟੇ ਨੇ, 8 ਜੀ ਨੇ ਸਾਡੇ ਮੌਜੂਦਾ 9 ਨੇ, ਇਹਨੇ 8 ਉੱਥੋਂ ਤੇਲ ਕਢਾਈ ਆ ਅਤੇ ਤੇਰਾ ਬਾਬਾ ਨਾਨਕ ਤੋਂ 8 ਦੇ ਜੀਆਂ ਦੇ ਨਾਮ ਹੀ ਆ। ਕਣਕ ਦਾ ਵੇਟ ਵੀ ਇੰਨੀ ਤੁਹਾਡੀ ਕਣਕ ਬਣਦੀ ਆ। ਇਹ ਆਂਦਾ ਮੈਂ ਇਸ ਗੱਲ ਨੂੰ ਮੰਨਦਾ ਹੀ ਨਹੀਂ, ਜੋ ਪਰਚੀ ਕਟਾਉਣ ਗਏ ਹਾਂ ਆਖਿਆ ਵੀ ਸਾਡੀ ਕੰਪਿਊਟਰ ਆ ਪਰਚੀ ਕੱਟਣੀ ਚਾਹੀਦੀ ਆ। ਆਂਦਾ ਕੰਪਿਊਟਰ ਆ ਨਹੀਂ ਕੱਟਣੀ, ਇਹ ਖਰਾਬ ਆ, ਅਤੇ ਇਹ ਸਾਡੇ ਮੁੰਡੇ ਆਉਂਦੇ ਨੇ ਵੀ ਖਰਾਬ ਆ, ਅਤੇ ਆਹ ਬੰਦਾ ਕਾਹਦੇ ਵਾਸਤੇ
आया जरा परचियां कट्टन वाला आया तो उन्होंने आंदा तेरा प्यो तनखा दिता इंज आख तनखा कदिए लेता आंदा तेरा प्यो दिता रहा उठ के पै गया उतो ही साडा रौला पै गया अगो इन्हें परची जी साडिया यदि खोली है तो सा कट्टी नहीं गई जी सच्ची गल ही करने साड़ी कट्टी नहीं गई आंदा हूँ कल की गल हुई आंदा भी मैं पंजा की देनी आ वध नहीं मैं देना तो पिछों आँ कणक सारा जिन्ना वेट आ ओना आया तो ये कबले बाजू मारन दिया दूजी गल भी आंदा जिथे मर्जी नच भज लो हूँ आंदा भी वह भी नहीं मैं देनी आ गल जी आहो कणक भी बेचता सबूत एक दिन मुंडे गए ने ते ए को गड्डी ते दो तीन तोड़े लदे हो पता नहीं कित्थे पजाउणी मुंडिया साडे मुंडिया कोल दाई आ इहनूं मैं आखदा वीडियो खिंच लैणी ओह इहनां खिंची नहीं भगवंत मान दी सरकार वालों कह रहा भी भ्रिष्टाचार ते नत्थ पावण की लगदा कि नत्थ पई हुण जे ओह नत्थ पाउणगे ते फेर ही आणा इहो जे बंदियां दे राक्षसां दे की चाहुंदे आपां सानूं आ भी सानूं इंसाफ चाहीदा ये नहीं भी अभी सारे अपने वास्ते नहीं सारे नगर वास्ते साड़ी लड़ाई आ सारे गरीबों जरा गल घुटन डे ने दूजे बंद जे डर आ उन्होंने चोरी चोरी कणक दे दिता है।